ਜੀ ਮੇਰੇ ਸੱਜਣੋ ਅਤੇ ਮਿੱਤਰੋ ਅਤੇ ਬੇਲੀਓ, ਅੱਜ ਦੇ ਪ੍ਰੋਗਰਾਮ ਦੇ ਨਾਲ ਜ਼ਫਰ ਸ਼ੇਖ ਤੁਹਾਡੀ ਖਿਦਮਤ ਹਾਜ਼ਰ ਅਤੇ ਰੇਡੀਓ ਪਾਕਲਿੰਗ ਦਾ ਇਹ ਪਲੇਟਫਾਰਮ ਹੈ ਜਿਹਦੇ 'ਤੇ ਜ਼ਫਰ ਸ਼ੇਖ ਆਪਣੇ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਐਸੀ ਸ਼ਖਸੀਅਤਾਂ ਨੂੰ ਸ਼ਾਮਿਲ ਕਰਦਾ ਹੈ ਜਿਹੜੇ ਆਪਣੇ ਕਿਰਦਾਰ ਜਾਂ ਜਿਹੜੇ ਆਪਣੀ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ 'ਤੇ ਜਾਦੂ ਕਰਦੇ ਨੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪਾਕਿਸਤਾਨ ਦੀ ਖੂਬਸੂਰਤ ਫਜ਼ਾਵਾਂ 'ਚ ਇੱਕ ਐਸਾ ਨਾਂ ਕਿ ਜਿਹਨੇ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਜਾਦੂ ਕੀਤਾ ਔਰ ਕਰ ਵੀ ਰਹੇ ਨੇ, ਪਾਕਿਸਤਾਨ ਵਿੱਚ ਵੀ ਅਤੇ ਪਾਕਿਸਤਾਨ 'ਚ ਬਾਹਰ ਵੀ। ਮੇਰੀ ਮੁਰਾਦ ਮੁਰਤਬ ਅਲੀ ਸਾਹਿਬ ਜਿਹੜੇ ਕਿ ਮੇਰੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਨੇ, ਆਓ ਉਹਨਾਂ ਨਾਲ ਗੱਲ ਕਰਨੀ ਆ ਉਹਨਾਂ ਦੇ ਫੰਡ ਦੇ ਹਵਾਲੇ ਨਾਲ। ਜੀ ਅਸਲਾਮ ਅਲੈਕਮ ਮੁਰਤਬ ਅਲੀ ਸਾਹਿਬ। ਵਾਲੇਕੁਮ ਸਲਾਮ ਜਨਾਬ, ਤਮਾਮ ਸੁਣਨ ਵਾਲਿਆਂ ਨੂੰ ਜੀ ਮੇਰੀ ਤਰਫੋਂ ਅਸਲਾਮ ਅਲੈਕੁਮ। ਜਿਹੜੇ ਜਿਹੜੇ ਮਜ਼ਹਬ ਵਿੱਚ ਜੀ ਜੀ ਜਿਹੜੀ ਜਿਹੜੀ ਦੁਨੀਆ ਆਪਣੇ ਆਪਣੇ ਮਜ਼ਹਬ ਵਿੱਚ ਬੈਠੀ, ਮੈਂ ਆਪਣੀ ਤਰਫੋਂ ਉਹਨਾਂ ਨੂੰ ਸਲਾਮ ਅਰਜ਼ ਕਰਨਾ। ਮੁਰਤਬ ਅਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਕਿ ਤੁਸੀਂ ਟਾਈਮ ਕੱਢਿਆ ਔਰ ਰੇਡੀਓ ਪਾਕਲਿੰਕ ਕੋਪਨਹੈਗਨ ਡੈਨਮਾਰਕ ਦੇ ਸੁਣਨ ਵਾਲਿਆਂ ਦੀ ਤਰਫੋਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮੇਰੀ ਪੂਰੀ ਟੀਮ ਦੀ ਤਰਫੋਂ ਵੀ। ਅਤੇ ਮੁਰਤਬ ਅਲੀ ਸਾਹਿਬ, ਕਿ ਜਿਸ ਤਰ੍ਹਾਂ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਖਾਹਿਸ਼ਾਂ ਹੁੰਦੀਆਂ ਨੇ, ਜਦੋਂ ਉਹ ਜਵਾਨੀ ਦੇ ਵਿੱਚ ਕਦਮ ਰੱਖਦਾ ਹੈ, ਸ਼ੌਰ ਦੀਆਂ ਮੰਜ਼ਲਾਂ ਤੈਅ ਕਰਦਾ ਹੈ, ਅਤੇ ਉਹਦੀਆਂ ਖਾਹਿਸ਼ਾਂ ਹੁੰਦੀਆਂ ਨੇ ਕਿ ਮੈਂ ਕੋਈ ਨਾ ਕੋਈ ਸ਼ੋਭਾ ਇਖਤਿਆਰ ਕਰਨਾ ਹੈ, ਚਾਹੇ ਉਹ ਐਕਟਿੰਗ ਦਾ ਹੈ ਜਾਂ ਗਾਉਣ ਦਾ ਹੈ ਜਾਂ ਕੋਈ ਵੀ ਕਿਸੇ ਹਵਾਲੇ ਨਾਲ ਵੀ। ਅਤੇ ਤੁਹਾਡਾ ਇਸ ਸ਼ੋਭੇ ਦੇ ਇਸ ਫੀਲਡ ਦੇ ਵਿੱਚ ਕਿਸ ਤਰ੍ਹਾਂ ਆਉਣਾ ਹੋਇਆ? ਸਭ ਤੋਂ ਪਹਿਲਾਂ ਜਨਾਬ ਗੱਲ ਇਹ ਕਿ ਮੇਰਾ ਇਹ ਖਾਨਦਾਨੀ ਕੰਮ ਹੈ। ਠੀਕ ਹੈ। ਦਾਦੇ ਪੜਤਾਲੇ ਤੋਂ ਵਿਰਾਸਤ ਵਿੱਚ ਮੈਨੂੰ ਮਿਲਿਆ। ਠੀਕ ਹੈ। ਤੇ ਅੱਲਾ ਦਾ ਇਹਸਾਨ ਹੈ, ਉਹਦੀ ਮਿਹਰਬਾਨੀ ਹੈ ਜੀ ਕਿ ਅੱਲਾ ਨੇ ਮੈਨੂੰ ਇੱਜ਼ਤ ਦਿੱਤੀ, ਨਵਾਜ਼ਿਆ, ਮੈਂ ਉਹਦਾ ਸ਼ੁਕਰੀਆ ਨਹੀਂ ਅਦਾ ਕਰ ਸਕਦਾ ਜੀ ਜੀ। ਤੇ ਡੈਨਮਾਰਕ ਵਿੱਚ ਮੈਂ ਇੱਕ ਸ਼ੋਅ ਕੀਤਾ ਹੈ। ਠੀਕ ਹੈ। ਔਰ ਅੱਲਾ ਦੀ ਮਿਹਰਬਾਨੀ ਨਾਲ ਉਹ ਸ਼ੋਅ ਬੜਾ ਮੈਂ ਡੈਨਮਾਰਕ ਵਿੱਚ ਮੁਰਤਬ ਸਾਹਿਬ ਸ਼ਾਹਿਦ ਅਲੀ ਖਾਨ ਸੀ ਕਰਾਚੀ ਵਾਲਾ। ਠੀਕ ਹੈ। ਤੇ ਮਨੀਰ ਦੀਨੇ ਵਾਲਾ ਸੀ। ਠੀਕ ਹੈ। ਉਸ ਹਵਾਲੇ ਨਾਲ ਅਸੀਂ ਸ਼ੋਅ ਕੀਤਾ ਸੀ ਤੇ ਬੜਾ ਮਜ਼ਾ ਆਇਆ ਸੀ। ਠੀਕ ਹੈ। ਔਰ ਡੈਨਮਾਰਕ ਦੇ ਲੋਕ ਬਹੁਤ ਅੱਛਾ ਪਿਆਰ ਕਰਦੇ ਨੇ, ਇੰਨਾ ਕੋ ਪਿਆਰ ਕਰਦੇ ਨੇ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜੀ ਜੀ। ਅੱਛਾ ਮੁਰਤਬ ਸਾਹਿਬ, ਜਿਸ ਤਰ੍ਹਾਂ ਤੁਸੀਂ ਇਹ ਫਰਮਾਇਆ ਕਿ ਇਹ ਤੁਹਾਨੂੰ ਇਹ ਵਿਰਾਸਤ ਦੇ ਵਿੱਚ ਇਹ ਫਨ ਮਿਲਿਆ, ਇਹ ਤੁਹਾਨੂੰ ਇਨਾਮ ਜਿਹੜਾ ਵਿਰਾਸਤ ਦੇ ਵਿੱਚ ਮਿਲਿਆ, ਖਾਨਦਾਨੀ ਕੰਮ ਹੈ, ਤੇ ਕਿਆ ਇੱਕ ਐਸੇ ਬੰਦੇ ਵਾਸਤੇ ਮੁਸ਼ਕਲ ਨਹੀਂ ਹੁੰਦੀ ਜਿਹੜਾ ਉਹ ਖਾਨਦਾਨ ਨਾਲ ਤਲਕ ਰੱਖਦਾ ਹੋਵੇ ਮੌਸੀਕੀ ਦੇ ਨਾਲ, ਉਹਦੇ ਵਾਸਤੇ ਆਪਣੇ ਅਬਾਓ ਅਜਦਾਦ ਨੂੰ ਜਾਂ ਤੁਹਾਡੇ ਜਿਸ ਪਹਿਲੇ ਜਿਤਨੇ ਵੀ ਗਾਉਂਦੇ ਰਹੇ ਨੇ ਖਾਨਦਾਨ ਦੇ ਵਿੱਚ, ਉਹਨਾਂ ਦੇ ਮਿਆਰ ਦੇ ਮੁਤਾਬਕ ਆਪਣੇ ਆਪ ਨੂੰ ਪੇਸ਼ ਕਰਨਾ ਲੋਕਾਂ ਦੇ ਸਾਹਮਣੇ? ਪਤਾ ਕੀ, ਖਾਨਦਾਨੀ ਹੋਵੇ ਚਾਹੇ ਦੂਸਰਾ ਹੋਵੇ, ਜਦ ਤੱਕ ਉਹਨੇ ਮਿਹਨਤ ਨਹੀਂ ਨਾ ਕਰਨੀ। ਠੀਕ ਹੈ। ਕਿਉਂਕਿ ਕੋਈ ਵੀ ਕੰਮ ਲਾ ਲਓ, ਪੜ੍ਹਾਈ ਦਾ ਲਾ ਲਓ, ਬੈਂਕ ਦਾ ਲਾ ਲਓ, ਫੈਕਟਰੀ ਦਾ ਲਾ ਲਓ, ਜਿੰਨੀ ਦੇਰ ਪੜ੍ਹਾਈ ਲਿਖਾਈ ਨਹੀਂ ਕਰਨੀ ਉਨੀ ਦੇਰ ਉਹਨੂੰ ਬੈਨੀਫਿਟ ਨਹੀਂ ਮਿਲ ਸਕਦਾ। ਮਿਹਨਤ ਨਹੀਂ ਕਰਨੀ, ਜਿੰਨੀ ਦੇਰ ਉਹਨੇ ਮਿਹਨਤ ਨਹੀਂ ਕਰਨੀ। ਤੇ ਮਿਹਨਤ ਜਿੰਨੀ ਕੀਤੀ ਜਾਏ ਅੱਲਾ ਨੂੰ ਫਲ ਜ਼ਰੂਰ ਦਿੰਦਾ। ਠੀਕ ਹੈ। ਮੈਂ ਉਹਦੇ ਕੋਲ 19 ਸਾਲ ਦੀ ਮੇਰੀ ਸਰਵਿਸ ਹੈ ਸਿਰਫ ਅਜਨਾਸੇ ਚ। ਠੀਕ ਹੈ। ਐਸ ਟਾਈਮ ਮੇਰੀ 51 ਹੈ। ਠੀਕ ਹੈ। ਮਾਸ਼ਾਅੱਲਾ ਜੀ, 26 ਸਾਲ ਮੈਨੂੰ ਹੋ ਗਏ ਅਸਟੇਜ ਤੇ ਆਇਆ। ਅੱਛਾ। ਮੁਰਤਬ ਅਲੀ ਸਾਹਿਬ, ਕਿਹੜੇ ਇਲਾਕੇ ਨਾਲ ਤੁਹਾਡਾ ਤਲਕ ਹੈ, ਕਿੱਥੇ ਦੀ ਜ਼ਮੀਨ? ਮੇਰਾ ਜਨਾਬ ਜ਼ਿਲ੍ਹਾ ਤਹਿਸੀਲ ਪਿੰਡ ਦਾਦਨ ਖਾਨ। ਪਿੰਡ ਦਾਦਨ ਖਾਨ। ਠੀਕ ਹੈ। ਅੱਛਾ। ਜ਼ਿਲ੍ਹਾ ਸਿਰਗੋ ਵਿੱਚ ਮੇਰੇ ਨਾਨਕੇ। ਠੀਕ ਹੈ। ਜ਼ਿਲ੍ਹਾ ਮੰਡੀ ਬਾਵਲ ਦੇ ਵਿੱਚ ਮੈਂ ਸ਼ਾਦੀ ਕੀਤੀ ਮਲਕਵਾਲ ਸ਼ਹਿਰ ਦੇ ਨਾਲ। ਠੀਕ ਹੈ। ਠੀਕ ਹੈ। ਉਹ ਬੜਾ ਵੱਡਾ ਜੰਕਸ਼ਨ ਹੈ। ਜੀ ਜੀ ਬਿਲਕੁਲ ਹੈ। ਅੱਛਾ ਮੁਰਤਬ ਅਲੀ ਸਾਹਿਬ, ਇਹ ਦੱਸੋ ਕਿ ਇਹ ਸਿਲਸਿਲਾ ਜਦੋਂ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਤੁਹਾਨੂੰ ਪ੍ਰੋਗਰਾਮ, ਜ਼ਾਹਿਰ ਹੈ ਲੋਕਾਂ ਜਿਤਨੇ ਲੋਕ ਸੁਣਨ ਵਾਲੇ ਨੇ ਮੌਸੀਕੀ ਨਾਲ ਜਿਹੜੇ ਤਲਕ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ ਸੁਰਾਂ ਨਾਲ, ਜਿਹਨਾਂ ਨਾਲ ਜਿਹਨਾਂ ਨੂੰ ਲਗਾਓ ਹੈ, ਉਹਨਾਂ ਵਾਸਤੇ ਤੁਸੀਂ ਪ੍ਰੋਗਰਾਮ ਪ੍ਰਾਈਵੇਟ ਤੌਰ 'ਤੇ ਕਰਦੇ ਰਹੇ। ਅੱਛਾ। ਉਸ ਤੋਂ ਬਾਅਦ ਇੱਕ ਵਕਤ ਐਸਾ ਆਇਆ ਕਿ ਤੁਹਾਨੂੰ
ਟਾਈਟਲ ਸੰਗ ਵਾਸਤੇ ਬੁਲਾਇਆ ਗਿਆ, ਜਿਹਦੇ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਯੇ ਸਿਲਾ ਮਿਲਾ ਹੈ ਮੁਝਕੋ ਤੇਰੀ ਦੋਸਤੀ ਸੇ ਸੇ ਪਹਿਲੇ, ਮੇਰਾ ਇਹ ਟਾਈਟਲ ਬਣ ਗਿਆ ਔਰ ਇਹ ਗਾਣਾ ਤੁਹਾਡੀ ਪਹਿਚਾਣ ਬਣ ਗਿਆ ਫਿਰ। ਹਰ ਜਿੰਨੇ ਵੀ ਸਿੰਗਰ ਆਏ ਜੀ ਜੀ ਗਾਣਾ ਇੱਕ ਪਹਿਚਾਣ ਬਣ ਗਈ। ਠੀਕ ਹੈ ਜੀ ਜੀ ਗੁਲਾਮ ਅਲੀ ਸਨ ਮੇਰੇ ਸ਼ੌਕ ਦੇ ਨੂੰ ਇਤਬਾਰ ਦੇ ਨੂੰ ਜਾ ਜਾ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ। ਗੋਰੀ ਮੈਂ ਜਾਣ ਪਰਦੇ ਮੈਂ ਜਾਣਾ ਪਰਵੇਜ਼ ਮਹਿੰਦੀ ਕੀ ਬਾਤ ਹੈ। ਅੱਛਾ ਜੇ ਬਣੀ ਸਾਹਿਬ ਸਨ ਠੀਕ ਅਸੀਂ ਤੰਦਰੀ ਦੀਵਾਨੇ ਲਾ ਕੇ ਜਾ ਜਾ ਠੀਕ ਹੈ ਨਾ ਜੀ। ਮਤਲਬ ਇੱਕ ਅੱਲਾਹ ਤਾਲਾ ਤੁਹਾਨੂੰ ਤੁਹਾਡੀ ਨਾ ਇੱਕ ਰੱਸੀ ਜਿਹੜੀ ਤੁਹਾਡੇ ਜਿਹੜੀ ਨਾ ਉਹ ਬਾਹ ਫੜ ਲੈਂਦਾ ਜਿਸ ਵਕਤ ਤੁਸੀਂ ਕਿਸੇ ਵੀ ਸ਼ੋਬੇ ਵਿੱਚ ਆਉਂਦੇ ਹੋ ਜੀ। ਸਿੱਧੀ ਗੱਲ ਮੈਂ ਤੇ ਕਿਸੇ ਦੀ ਜੁਸ਼ਨਾ ਵਰਗਾ ਨਹੀਂ ਗੱਲ, ਲੇਕਿਨ ਜੋ ਮਨ ਪਾਕ ਬੀਬੀ ਨੇ ਇੱਜ਼ਤ ਦਿੱਤੀ ਪਾਕ ਅੱਲਾ ਨੇ ਇੱਜ਼ਤ ਦਿੱਤੀ ਮੈਂ ਹਰ ਜੁਮੇਰਾ ਬੀਬੀ ਨੂੰ ਪਾਕ ਦੇਣਾ ਚਾਹੁੰਦਾ। ਠੀਕ ਹੈ ਸਹੀ ਦਾ ਸਲਾਮ ਕੀਤਾ ਮੈਂ ਬੜੀ ਉੱਠੋ ਲੱਗੀ। ਠੀਕ ਹੈ ਬਿਲਕੁਲ ਠੀਕ ਹੈ। ਅੱਛਾ ਮੁਰਾਤਬ ਅਲੀ ਸਾਹਿਬ ਦੋੜੇ ਮਰਸੀਏ ਤੇ ਆਰਫਾਨਾ ਕਲਾਮ ਇਹ ਵੀ ਤੁਹਾਡੀ ਪਹਿਚਾਣ ਹੈ ਕਿ ਤੁਸੀਂ ਇਹ ਵੀ ਕਰਦੇ ਹੋ, ਇਹ ਕੈਸਾ ਮਹਿਸੂਸ ਕਰਦੇ ਹੋ ਜਿਸ ਵਕਤ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਦੇ ਹੋ? ਇਹ ਆਵਾਮ ਤੇ ਡਿਪੈਂਡ ਹੁੰਦਾ ਜੀ, ਆਵਾਮ ਆਖੇ ਨੇ ਜੀ ਸਾਨੂੰ ਕੋਈ ਜਿਸ ਤਰ੍ਹਾਂ ਦਾ ਮੀਆਂ ਸਾਹਿਬ ਦਾ ਕਲਾਮ ਸੁਣਾਓ। ਠੀਕ ਹੈ ਫਿਰ ਮੀਆਂ ਸਾਹਿਬ ਦਾ ਕਲਾਮ ਗਾਣਾ ਪੈਂਦਾ, ਕੋਈ ਕਹਿੰਦਾ ਜੀ ਸਾਨੂੰ ਪੰਜਾਬੀ ਸੁਣਾਓ ਪੰਜਾਬੀ ਸੁਣਾਉਣੀ ਪੈਂਦੀ ਜੀ ਜੀ। ਆ ਜ਼ਾਹਿਰ ਡਿਪੈਂਡ ਕਰਦਾ ਹੈ ਵੀ ਜਿਹੜੇ ਨਾਜ਼ਰੀਨ ਨੇ ਸ਼ਾਇਕੀਨ ਨੇ ਜਿਹੜੇ ਉਹਨਾਂ ਦੀ ਕੀ ਸੁਣਨ ਵਾਲੇ ਨੂੰ ਡਿਪੈਂਡ ਉਹਨਾਂ ਤੇ ਹੁੰਦਾ ਜੀ ਜੀ ਬਿਲਕੁਲ ਕਿ ਉਹ ਕੀ ਪਸੰਦ ਕਰਦੇ। ਠੀਕ ਹੈ ਸਾਨੂੰ ਸੁਣਾਇਆ ਜਾਏ ਤੇ ਉਹ ਉਹਨਾਂ ਦੀ ਮਿਹਰਬਾਨੀ ਨਾਲ ਇਹ ਅੱਗੇ ਠੀਕ ਹੈ ਮਾੜਾ ਚੰਗਾ ਉਹਨਾਂ ਨੂੰ ਰਾਜ਼ੀ ਕਰ ਲਈਦੇ। ਅੱਛਾ ਠੀਕ ਹੈ ਆਵਾਮ ਰਾਜ਼ੀ ਤੇ ਸਮਝੋ ਕੁੱਲ ਕਾਇਨਾਤ ਦਾ ਹੈ ਜੀ। ਆਵਾਮ ਨਾਲ ਹੀ ਜਿਹੜੇ ਫੈਨ ਹੁੰਦੇ ਨੇ ਜਿਹੜੇ ਸ਼ੌਕੀਨ ਹੁੰਦੇ ਨੇ ਜਿਹੜੇ ਪਸੰਦ ਕਰਦੇ ਨੇ ਫੈਨ ਵੀ ਕਾਜ਼ੀ ਤੇ ਫਿਰ ਗਾਇਆ ਕੀ ਫਾਇਦਾ ਜੀ ਜੀ। ਅੱਛਾ ਤੇ ਇਹਦੇ ਨਾਲ ਨਾਲ ਮੁਰਾਤਬ ਅਲੀ ਸਾਹਿਬ ਤੁਸੀਂ ਐਲਬਮ ਦਾ ਸਿਲਸਿਲਾ ਵੀ ਸ਼ੁਰੂ ਕੀਤਾ, ਕੁਝ ਐਲਬਮਸ ਵਗੈਰਾ ਵੀ ਤੁਸੀਂ ਲਾਂਚ ਕੀਤੀਆਂ? ਜੀ ਮੇਰੇ ਇਸ ਟਾਈਮ ਖਾਸ ਕਰਕੇ ਜੀ ਮਾਰਕੀਟ ਵਿੱਚ ਐਲਬਮ ਵੀ ਹੈ ਤਕਰੀਬਨ 147 ਨੰਬਰ ਹੋਣਗੇ। ਠੀਕ ਹੈ ਮਾਸ਼ਾਅੱਲਾ ਜੀ। ਅੱਛਾ ਇਹਦੇ ਵਿੱਚ ਉਰਦੂ ਪੰਜਾਬੀ ਸ਼ਰਾਇਕੀ ਸਿੰਧੀ ਵੀ। ਅੱਛਾ ਠੀਕ ਹੈ ਮਤਲਬ ਹੈ ਜ਼ਿਆਦਾ ਤੁਸੀਂ ਕਿਸ ਜ਼ਬਾਨ ਦੇ ਵਿੱਚ ਐਲਬਮ ਜਿਹੜੇ ਰਿਲੀਜ਼ ਕੀਤੇ ਨੇ? ਪੰਜਾਬੀ ਵਿੱਚ ਤੇ ਕੁਝ ਇਹ ਦੱਸੋ ਕਿ ਫਿਲਮ ਦੇ ਵਿੱਚ ਕੋਈ ਚਾਂਸ ਮਿਲਿਆ ਤੁਹਾਨੂੰ ਗਾਉਣ ਦਾ? ਦੋ ਫਿਲਮਾਂ ਚ ਗਾਣੇ ਗਾਏ ਸਨ। ਠੀਕ ਹੈ ਇੱਕ ਫਿਲਮ ਆਈ ਲਈ ਤੇ ਇੱਕ ਆਈ ਸੀ ਖਜ਼ਾਨਾ ਫਿਲਮ ਆਈ ਸੀ ਉਹਦੇ ਵਿੱਚ ਮੇਰਾ ਗਾਣਾ ਸੀ। ਹੈਦਰ ਸੁਲਤਾਨ ਤੇ ਪਿਕਚਰ ਆਈ ਸੀ ਮੈਂ ਜਦੋਂ ਆਈ ਸੀ ਘਬਰਾ ਗਿਆ ਹੂੰ। ਠੀਕ ਹੈ ਫਿਰ ਉਹ ਇੱਕ ਗਾਣਾ ਸੀ ਬੱਚੀ ਦਾ ਗਾਣਾ ਸੀ ਸਾਲਗਿਰਾ ਦਾ ਉਹ ਵਾਲੀ ਬਾਹਰ ਨਹੀਂ ਆਇਆ। ਠੀਕ ਹੈ ਤੂੰ ਨਹੀਂ ਤੇ ਤੇਰੀਆਂ ਯਾਦਾਂ ਦੇ ਸਾਰੇ ਜੀ ਜੀ ਬਿਲਕੁਲ ਆ ਸੁਣਿਆ ਬਿਲਕੁਲ ਸੁਣਿਆ। ਅੱਛਾ ਤੇ ਇਹ ਦੱਸੋ ਕਿ ਜਿਸ ਵਕਤ ਹੁਣ ਪਾਕਿਸਤਾਨ ਦੇ ਵਿੱਚ ਤੁਸੀਂ ਆਇਓ ਤੇ ਬਾਹਰ ਦੇ ਟੂਰ ਵਗੈਰਾ ਵੀ ਕਰਦੇ ਹੋ ਤੇ ਪਾਕਿਸਤਾਨ ਦੇ ਵਿੱਚ ਵੀ ਕਰਦੇ ਹੋ ਪ੍ਰੋਗਰਾਮ ਤੇ ਇਹ ਇਹ ਤੁਹਾਡਾ ਕੈਸਾ ਤਜਰਬਾ ਰਿਹਾ? ਮਤਲਬ ਜਿਸ ਵਕਤ ਤੁਸੀਂ ਕਿਧਰੇ ਵੀ ਜਾਂਦੇ ਹੋ ਤੇ ਬਾਹਰ ਬਹੁਤ ਇੱਜ਼ਤ ਮਿਲੀ ਜੀ ਜਿਹੜੇ ਮੁਲਕ ਚ ਵੀ ਗਿਆ। ਠੀਕ ਹੈ ਮੈਂ ਤੁਹਾਨੂੰ ਕਹਾਣੀ ਦੀ ਗੱਲ ਸੁਣਾਵਾਂ ਕਿ ਮੈਂ ਯੂਨਾਨ ਗਿਆ। ਠੀਕ ਹੈ ਉਹ ਐਂਟਰੀ ਨਹੀਂ ਸੀ ਦੇ ਰਹੇ ਬਾਹਰ ਦੀ। ਠੀਕ ਹੈ ਉਹਨੇ ਕਿਹਾ ਜੀ ਸਾਨੂੰ ਮੇਨ ਸਿੰਗਰ ਮਿਲਾਓ। ਸਾਰੇ ਹਾਲ ਨੇ ਮੋੜ ਕੇ ਦੇਖਿਆ ਕਹਿੰਦਾ ਓਕੇ 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 ਅੱਲਾ ਦੀ ਮਿਹਰਬਾਨੀ। ਇਸੇ ਤਰ੍ਹਾਂ ਹੀ ਨਾਲੇ ਮੌਸੀਕੀ ਦੀ ਮੈਂ ਨੀ ਸਮਝਦਾ ਜ਼ਬਾਨ ਹੁੰਦੀ ਹੈ ਇਹ ਤੇ ਕਹਿ ਲਓ ਕਿ ਇਹ ਇੱਕ ਲੈ ਹੁੰਦੀ ਹੈ ਜਿਹੜੀ ਕਿ ਲੋਕਾਂ ਨੂੰ ਪਸੰਦ ਆਉਂਦੀ ਹੈ। ਜਿਸ ਤਰ੍ਹਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਜਪਾਨ ਗਏ ਤੇ ਉਹਨਾਂ ਕਿਹਾ ਕਿ ਉੱਥੇ ਲੋਕ ਸਮਝਦੇ ਕੋਈ ਨਹੀਂ ਲੇਕਿਨ ਉਹਨਾਂ ਨੇ ਜਿਸ ਵਾਰ ਜੀ ਨੁਸਰਤ ਫਤਿਹ ਅਲੀ ਸਾਹਿਬ ਬਹੁਤ ਵੱਡੇ ਆਦਮੀ ਹੋਏ ਜੀ ਜੀ ਬਹੁਤ ਹੈ ਕਿ ਮੈਂ ਕਹਿੰਦਾ ਕਿ ਜਿੰਨਾ ਮੈਂ ਝੂਠ ਬੋਲਣਾ ਉਹਨਾਂ ਥੋੜਾ ਹੈ ਜੀ ਜੀ ਬਿਲਕੁਲ ਵਾਕਈ ਉਹਨਾਂ ਦਾ ਇੱਕ ਨਾਂ ਹੈ। ਅੱਛਾ ਤੇ ਇਹ ਦੱਸੋ ਮੁਰਾਤਬ ਅਲੀ ਸਾਹਿਬ ਜੀ ਜੀ ਤੁਹਾਨੂੰ ਕਿਹਨਾਂ ਕਿਹਨਾਂ ਗਾਇਕਾਂ ਨਾਲ ਵਾਸਤਾ ਪਿਆ, ਕਿਹਨਾਂ ਨਾਲ ਕਿਹਨਾਂ ਨਾਲ ਮਿਲ ਕੇ ਤੁਸੀਂ ਪ੍ਰੋਗਰਾਮ ਕੀਤੇ ਨੇ? ਮੈਂ ਜਨਾਬ ਸਭ ਤੋਂ ਪਹਿਲੇ ਅੱਲਾ ਜਨਤ ਜਾ ਹੋਵੇ ਮਹਿਦੀ ਸਾਹਿਬ ਹਸਨ ਨਾਲ ਮੈਂ ਕਸ਼ਮੋਰ ਦੇ ਵਿੱਚ ਸਿੰਧ ਦੇ ਵਿੱਚ ਪ੍ਰੋਗਰਾਮ ਕੀਤਾ ਸੀ। ਠੀਕ ਹੈ ਮਹਿਦੀ ਹਸਨ ਸਾਹਿਬ ਨਾਲ। ਠੀਕ ਹੈ
ਅੱਛਾ ਹੋਰ ਖਾਨ ਸਾਹਿਬ ਗੁਲਾਮ ਅਲੀ ਸਾਹਿਬ ਨਾਲ ਵੀ ਮੈਂ ਪ੍ਰੋਗਰਾਮ ਕੀਤੇ ਠੀਕ ਹੈ ਰਜਬ ਅਲੀ ਸਾਹਿਬ ਨਾਲ ਵੀ ਕੀਤੇ ਪਰਵੇਜ਼ ਮਹਿੰਦੀ ਸਾਹਿਬ ਨਾਲ ਵੀ ਕੀਤੇ ਅੱਛਾ ਅਤਾਉਲਾ ਨਾਲ ਵੀ ਕੀਤੇ ਅਕਰਮ ਰਾਈ ਨਾਲ ਵੀ ਕੀਤੇ ਆਰਫ ਲੋਹਾਰ ਨਾਲ ਵੀ ਕੀਤੇ ਅੱਲਾ ਦੇ ਟਲੂਣੇ ਵਾਲੇ ਨਾਲ ਵੀ ਕੀਤੇ ਮਸ਼ਹੂਰ ਮਲੰਗੀ ਨਾਲ ਵੀ ਕੀਤੇ ਹਾਂਜੀ ਲੇਕਿਨ ਮੇਰੇ ਨਾਲ ਸਾਰਿਆਂ ਨੇ ਪਿਆਰ ਕੀਤਾ ਠੀਕ ਹੈ ਕੈਸਾ ਤੁਸੀਂ ਇਹਨਾਂ ਲੋਕਾਂ ਨੂੰ ਪਾਇਆ ਅੱਛੇ ਬਹੁਤ ਅੱਛੇ ਉਹ ਆਪਣੇ ਦੇਖੋ ਨਾ ਹਰ ਬੰਦੇ ਦੀ ਆਪਣੀ ਆਪਣੀ ਫੀਲਡ ਹੁੰਦੀ ਨਾ ਠੀਕ ਹੈ ਉਹ ਜਿਸ ਅੰਦਾਜ਼ ਨਾਲ ਉਹ ਗਾਉਂਦੇ ਨੇ ਜੋ ਵੀ ਉਹਨਾਂ ਦਾ ਕਲਚਰ ਹੈ ਵੇ ਉਹ ਆਪਣੇ ਆਪਣੇ ਕਲਚਰ ਚ ਆਪਣੀ ਜਗ੍ਹਾ ਤੇ ਪਰਫੈਕਟ ਹੈਗੇ ਨੇ ਮੇਰੇ ਨਾਲ ਬਹੁਤ ਅੱਛੇ ਨੇ ਤੁਹਾਡੀ ਇੱਕ ਆਪਣੀ ਜਗ੍ਹਾ ਹਰ ਬੰਦੇ ਦੀ ਇੱਕ ਆਪਣੀ ਜਗ੍ਹਾ ਕਿਉਂਕਿ ਭਲੀਓ ਭਲੀ ਦੁਨੀਆ ਹੈ ਮੁਰਾਤਬ ਸਾਹਿਬ ਪਾਕਿਸਤਾਨ ਵਿੱਚ ਹੀ ਪਾਕਿਸਤਾਨ ਤੋਂ ਬਾਹਰ ਵੀ ਇਹ ਦੇਖ ਲਓ ਨਾ ਅੱਲਾਹ ਤਾਲਾ ਦਾ ਇੱਕ ਨਿਜ਼ਾਮ ਹੈ ਕਿ ਉਹ ਹਰ ਬੰਦੇ ਦੀ ਇੱਕ ਮੁਖਤਲਿਫ ਸੋਚ ਹੈ ਔਰ ਉਸ ਸੋਚ ਦੇ ਮੁਤਾਬਕ ਉਹ ਤੁਹਾਨੂੰ ਕੋਈ ਤੁਹਾਨੂੰ ਜਨਾਬ ਪੂਜਦੇ ਨੇ ਤੁਹਾਡੀ ਆਵਾਜ਼ ਦੇ ਬਲਬੋਤੇ ਤੇ ਤੁਹਾਨੂੰ ਪੂਜਦੇ ਨੇ ਯਾਨੀ ਮੁਰਾਤਬ ਅਲੀ ਸਾਹਿਬ ਮਿਹਰਬਾਨੀ ਹੁਣ ਵੀ ਮੈਂ ਗੁਜਰਾਤ ਸ਼ਹਿਰ ਚ ਆਏ ਹਾਂ ਠੀਕ ਹੈ ਜਿਹੜਾ ਮੈਂ ਤੁਹਾਨੂੰ ਤੁਹਾਡੇ ਨਾਲ ਰਾਬਤਾ ਹੋ ਰਿਹਾ ਠੀਕ ਹੈ ਇੱਥੇ ਬੱਚੀ ਸਿਗਰਟ ਕਰਨੀ ਠੀਕ ਹੈ ਮਾਸ਼ਾਅੱਲਾ ਅੱਛਾ ਤੇ ਸ਼ਾਗਿਰਦ ਕਿਤਨੇ ਕੁ ਤੁਸੀਂ ਹੁਣ ਤੱਕ ਕਰ ਚੁੱਕੇ ਹੋ ਜਿਨ੍ਹਾਂ ਨੂੰ ਕੋਈ ਸਿਖਾਉਂਦੇ ਹੋ ਸ਼ਾਗਿਰਦ ਮੇਰਾ ਇੱਕ ਗੁਜਰਾਤ ਵਿੱਚ ਬੱਚਾ ਹੈ ਜੀ ਨਾਸਿਰ ਅਲੀ ਦਾ ਨਾਮ ਹੈ ਠੀਕ ਹੈ ਬਹੁਤ ਅੱਛਾ ਗੱਲ ਹੈ ਅੱਛਾ ਬਹੁਤ ਅੱਛਾ ਗੱਲ ਹੈ ਸਿੱਖ ਦਾ ਬੱਚਾ ਠੀਕ ਹੈ ਇੱਕ ਸ਼ਾਗਿਰਦ ਮੇਰਾ ਜ਼ਿਲ੍ਹਾ ਜੇਲ੍ਹ ਵਿੱਚ ਹੈ ਅੱਛਾ ਇੱਕ ਸ਼ਾਗਿਰਦ ਮੇਰਾ ਜ਼ਿਲ੍ਹਾ ਬਹਾਵਲਪੁਰ ਵਿੱਚ ਹੈ ਠੀਕ ਹੈ ਇੱਕ ਮੇਰੀ ਸ਼ਾਗਿਰਦ ਹੈਗੀ ਜਿਹੜੀ ਲਾਹੌਰ ਵਿੱਚ ਹੈਗੀ ਜਰਕਾ ਉਹਦਾ ਨਾਮ ਹੈ ਤੇ ਇੱਕ ਹੈ ਬੱਚੀ ਅੱਜ ਸ਼ਾਗਿਰਦ ਕਰਨੀ ਠੀਕ ਹੈ ਅੱਛਾ ਇਹ ਦੱਸੋ ਇੱਕ ਟੈਕਨੀਕਲ ਸਵਾਲ ਮੈਂ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਸੁਰ ਹੁੰਦੇ ਨੇ ਨੀਵਾਂ ਤੇ ਉੱਚਾ ਇਹ ਇਹਦੇ ਵਿੱਚ ਜ਼ਿਆਦਾ ਗ੍ਰਿਫਤ ਜਿਹੜੀ ਹੈ ਗ੍ਰਿਫਤ ਨਾਲ ਜਾਂ ਅੱਛੇ ਤਰੀਕੇ ਨਾਲ ਜਿਹੜਾ ਗਾਉਣ ਵਾਲਾ ਹੈ ਉਹ ਕਿਹਦੇ ਤੇ ਕਰ ਸਕਦਾ ਨੀਵੇਂ ਸੁਰਾਂ ਤੇ ਅਗਰ ਗਾਇਆ ਜਾਂ ਉੱਚੇ ਸੁਰਾਂ ਤੇ ਮਿਹਨਤ ਤੇ ਠੀਕ ਹੈ ਮੈਂ ਜੋ ਚਾਹੁੰਦਾ ਜਿਸ ਤਰ੍ਹਾਂ ਮੈਂ ਚਾਹੁੰਦਾ ਵਾ ਨਾ ਅਗਲੇ ਕਰ ਲਵੇ ਨਾ ਤੇ ਮੇਰੇ ਹਿਸਾਬ ਚ ਰੁਪਏ ਚੋ ਆਨਾ ਦੋ ਆਨੇ ਆਨਾ ਦੋ ਵਾਲੇ ਜਿਹੜੇ ਪੈਸੇ ਦੋ ਪੈਸੇ ਅੱਲਾ ਦੀ ਮਿਹਰਬਾਨੀ ਨਾਲ ਉਹ ਸਿੱਧੀ ਹੋ ਜਾਵੇ ਜੀ ਜੀ ਮੈਂ ਸਮਝਣਾ ਮੈਂ ਤੁਹਾਨੂੰ ਖੁਦ ਲਾਈਵ ਹੀ ਸੁਣਿਆ ਮੈਂ ਖਾਰੀਆਂ ਦੇ ਵਿੱਚ ਨਾ ਮੇਲਾ ਸੀ ਦਰਬਾਰ ਮਹਿੰਦੀ ਸ਼ਾਹ ਸਾਹਿਬ ਦਾ ਤੇ ਉੱਥੇ ਮੈਂ ਜਨਾਬ ਤੁਹਾਨੂੰ ਲਾਈਵ ਵੀ ਸੁਣਿਆ ਔਰ ਬੜਾ ਮਜ਼ਾ ਆਇਆ ਔਰ ਇਹ ਵਾਕਈ ਗੱਲ ਸਹੀ ਹੈ ਕਿ ਇਤਨੀ ਤੁਸੀਂ ਮਿਹਨਤ ਦੇ ਨਾਲ ਜੀ ਖਾਲੀ ਲਾ ਕੇ ਕਰਨੀ ਗਾਇਆ ਠੀਕ ਹੈ ਮੈਂ ਕਰਨਾ ਪ੍ਰੈਕਟੀਕਲ ਠੀਕ ਹੈ ਪ੍ਰੈਕਟੀਕਲ ਜਿਹੜਾ ਕੰਮ ਹੈ ਨਾ ਜੀ ਸੁਣਦੀ ਹੈ ਨਾ ਤੇ ਮਜ਼ਾ ਲੈਂਦੀ ਬਿਲਕੁਲ ਮਾਹੀਆ ਕਹਿੰਦਾ ਆਵਾਮ ਕਹਿੰਦੀ ਇੱਕ ਦਫ਼ਾ ਫਿਰ ਮਾਹੀਆ ਕਿਹਾ ਜਾਏ ਤੇ ਜੇ ਕੋਈ ਰਿਕਾਰਡਿੰਗ ਲੱਗੀ ਹੋਵੇ ਮੁਰਾਤਬ ਸਾਹਿਬ ਕਿ ਤੁਹਾਨੂੰ ਉਸੇ ਵੇਲੇ ਤੁਹਾਨੂੰ ਇਨਾਮ ਮਿਲ ਜਾਂਦਾ ਉਸੇ ਵਕਤ ਲੋਕਾਂ ਦੀ ਤਰਫੋਂ ਤੁਹਾਨੂੰ ਇਨਾਮ ਮਿਲ ਜਾਂਦਾ ਕਿ ਵਾਕਈ ਤੁਸੀਂ ਕੋ ਗਾਇਆ ਇਹ ਬਿਲਕੁਲ ਸਹੀ ਲਾਈਵ ਪ੍ਰੋਗਰਾਮ ਬੜਾ ਮੁਸ਼ਕਲ ਹੁੰਦਾ ਜੀ ਜੀ ਹੁੰਦਾ ਮੁਸ਼ਕਲ ਹੈ ਜ਼ਾਹਿਰ ਹੈ ਜੀ 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 ਬਿਲਕੁਲ ਇਸੇ ਤਰ੍ਹਾਂ ਅੱਛਾ ਤੇ ਮੁਰਾਤਬ ਸਾਹਿਬ ਜੀ ਜੀ ਲਾਈਵ ਗਾਏ ਠੀਕ ਹੈ ਅੱਛਾ ਇਹ ਹੁਣ ਕਿ ਸਾਡੇ ਜਨਾਬ ਇੱਥੇ ਸੁਣਨ ਵਾਲਿਆਂ ਦੀ ਪੁਰਜ਼ੋਰ ਫਰਮਾਇਸ਼ ਵੀ ਹੈ ਕੋਈ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਨਾ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਗਾਉਣ ਦਾ ਬੜਾ ਹੀ ਮਜ਼ਾ ਆਉਂਦਾ ਹੈ ਮਤਲਬ ਇਹ ਸਿਲਾ ਮਿਲਾ ਇਹ ਤੇ ਤੁਹਾਡੀ ਪਹਿਚਾਣ ਹੈ ਹੀ ਮੇਰੀ ਤਬੀਅਤ ਬਾਲ ਠੀਕ ਨਹੀਂ ਮਾਲ ਕਰਨਾ ਤੁਸੀਂ ਬਸ ਇੱਕ ਅਸਥਾਈ ਤੇ ਇੱਕ ਦੋ ਅਸਥਾਈ ਇੱਕ ਦੋ ਚੀਜ਼ਾਂ ਦੀ ਜ਼ਰੂਰ ਪਲੀਜ਼ ਕਸਰ ਦੀ ਦੁਨੀਆ ਹਮਨੇ ਦੀਦਾਰ ਕੀ ਗਦਾਈ ਕੀ ਵਾਹ ਮਾਸ਼ਾਅੱਲਾ ਮੇਰੇ ਜਿਤਨੇ ਵੀ ਯਾਰ ਸਭ ਮੇ ਹਸਬੀ ਤੌਫੀਕ ਬੇਵਫਾਈ ਉਹਨੇ ਜਿੰਨੇ ਵੀ ਬੈਠੇ ਨਾ ਮੇਰੇ ਕੋਲ ਮੇਰੇ ਸ਼ਗਿਰਦ ਵੀ ਬੈਠਾ ਹੈ ਜਿਸ ਉਹ ਵੀ ਬੈਠੀ ਹਾਂਜੀ ਸਾਰਾ ਰੌਣਕ ਮੇਲੇ ਲੱਗਾ ਹਾਂਜੀ ਕੀ ਬਾਤ ਹੈ ਕਿਸੇ ਦਾ ਮਿਲਾ ਹੈ ਮੁਝ ਕੋ ਤੇਰੀ ਦੋਸਤੀ ਕੇ ਪਿੱਛੇ ਮਿਲਾ ਹੈ ਮੁਝ ਕੋ ਤੇਰੀ ਦੋਸਤੀ ਕੇ ਪਿੱਛੇ ਕਿ ਹਜ਼ਾਰੋਂ ਗਮ ਲਗੇ ਹੈ ਕਿ ਹਜ਼ਾਰੋਂ ਗਮ ਲਗੇ ਹੈ
ਮੇਰੀ ਜ਼ਿੰਦਗੀ ਕੇ ਪੀਛੇ ਮਿਲਾ ਹੈ ਮੁਝਕੋ ਮਾਸ਼ਾਅੱਲਾ ਤੇਰੀ ਦੋਸਤੀ ਕੇ ਪੀਛੇ ਵਾਹ ਕਿਆ ਬਾਤ ਹੈ ਮੁਝੇ ਕਤਲ ਕਰਨ ਡਾਲੇ ਤੇਰੀ ਕਾਤਿਲਾ ਨਜ਼ਰੇ ਕਈ ਕਤਲ ਹੋ ਚੁੱਕੇ ਹੈ ਕਈ ਕਤਲ ਹੋ ਚੁੱਕੇ ਹੈ ਤੇਰੀ ਇੱਕ ਨਜ਼ਰ ਕੇ ਪੀਛੇ ਮਿਲਾ ਹੈ ਮੁਝਕੋ ਤੇਰੀ ਦੋਸਤੀ ਕੇ ਪੀਛੇ ਵਾਹ ਕਿਆ ਬਾਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਮੈਂ ਤਾਲੀਆਂ ਦੀ ਆਵਾਜ਼ ਵੀ ਸੁਣ ਰਿਹਾ ਅੱਛਾ ਜੀ ਤੇ ਮੁਰਾਦਬ ਅਲੀ ਸਾਹਿਬ ਆਖਰ ਵਿੱਚ ਸਾਡੇ ਇੱਥੇ ਸੁਣਨ ਵਾਲਿਆਂ ਨੂੰ ਕੋਈ ਐਸਾ ਪੈਗਾਮ ਜਾਂ ਐਸੀ ਕੋਈ ਗੱਲ ਜਿਹੜੀ ਤੁਸੀਂ ਸਮਝਦੇ ਹੋ ਕਿ ਇੱਥੇ ਇਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਸੁਣਨ ਵਾਲਿਆਂ ਤੱਕ ਸੁਣਨ ਵਾਲਿਆਂ ਵਾਸਤੇ ਮੈਂ ਤੇ ਬਹੁਤ ਬਹੁਤ ਰਿਕੁਐਸਟ ਕਰਾਂਗਾ ਜੀ ਅੱਛਾ ਖਾਓ ਤਸਰੀਲਾ ਸੁਣੋ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਜੀ ਅਖਾਣ ਬਣਿਆ ਕਿ ਜੀ ਸੁਰ ਜ਼ਰੂਰੀ ਵੀ ਤਾਂ ਹੈ ਆਹ ਮੁਰਾਦਬ ਅਲੀ ਸਾਹਿਬ ਮਤਲਬ ਦੁਨੀਆਂ ਤੋਂ ਜਿੰਨਾ ਵੀ ਬੰਦਾ ਦੁੱਖ ਸੁੱਖ ਤਕਲੀਫਾਂ ਟੈਨਸ਼ਨ ਹੋਵੇ ਤੇ ਜਿਸ ਵਕਤ ਬੰਦਾ ਅੱਛੀ ਔਰ ਸੁਰੀਲੀ ਆਵਾਜ਼ ਦੇ ਵਿੱਚ ਕੁਛ ਸੁਣਦਾ ਤੇ ਉਹ ਕਿਆ ਬਾਤ ਹੈ ਗੁਜਰਾਤ ਦੇ ਵਿੱਚ ਮੇਰਾ ਇੱਕ ਸ਼ਾਗਿਰਦ ਨਾਸਰ ਅਲੀ ਠੀਕ ਹੈ ਕਿਆ ਬਾਤ ਹੈ ਆਪਣੇ ਉਹ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਲੇ ਦੁਆਲੇ ਬਲਕਿ ਪਾਕਿਸਤਾਨ ਜਿਹਨੇ ਆਪਣਾ ਸਿੱਕਾ ਜਮਾਇਆ ਹੈ ਠੀਕ ਹੈ ਤੇ ਇਹਨਾਂ ਨੂੰ ਦਿਓ ਇਹਨਾਂ ਕੋਲ ਵੀ ਅਸੀਂ ਤੁਹਾਡੇ ਤਵਸਤ ਨਾਲ ਇਹਨਾਂ ਕੋਲ ਵੀ ਕੁਝ ਸੁਣ ਲਈਏ ਇਹਨਾਂ ਨੂੰ ਪੁੱਛੋ ਮੈਂ ਸੁਣਵਾਉਣਾ ਜੀ ਹੈਲੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਮੇਰੇ ਪੁੱਤਰ ਦਾ ਉੱਥੇ ਅਗਰ ਡੈਨਮਾਰਕ ਵਿੱਚ ਪ੍ਰੋਗਰਾਮ ਚੱਲੇ ਤੇ ਜੀ ਜੀ ਬਿਲਕੁਲ ਸੁਣਨਗੇ ਇੱਥੇ ਦੇ ਲੋਕ ਗੱਲ ਕਰੋ ਜੀ ਜੀ ਦਿਓ ਨੇ ਵਾਲੇਕਮ ਸਲਾਮ ਜੀ ਹਾਂ ਜੀ ਨਾਸਰ ਸਾਹਿਬ ਇਹ ਖੁਸ਼ਕਿਸਮਤੀ ਹੈ ਤੁਹਾਡੀ ਕਿ ਜਨਾਬ ਤੁਹਾਡਾ ਪੀਰ ਉਸਤਾਦ ਜਿਹੜਾ ਹੈ ਨਾ ਉਹ ਬੜਾ ਕਾਮਲ ਹੈ ਔਰ ਬੜਾ ਤਗੜਾ ਹੈ ਇਹ ਮੌਸੀਕੀ ਦੇ ਹਵਾਲੇ ਨਾਲ ਇਹਨਾਂ ਦੀ ਜੁੱਤੀ ਦੀ ਇਹ ਬਿਲਕੁਲ ਜੀ ਇਹ ਬੜਾ ਖੁਸ਼ਕਿਸਮਤੀ ਹੁੰਦੀ ਹੈ ਕਿ ਕੋਈ ਅੱਛਾ ਜਿਹੜਾ ਹੈ ਨਾ ਲੜ ਫੜਨ ਵਾਲਾ ਇਸ ਖਾਸ ਤੌਰ ਤੇ ਇਸ ਫੀਲਡ ਵਾਸਤੇ ਲੱਭ ਜੇ ਤੇ ਮੈਂ ਸਮਝਣਾ ਬੜੀ ਖੁਸ਼ਕਿਸਮਤੀ ਹੁੰਦੀ ਹੈ ਅੱਛਾ ਤੁਸੀਂ ਇੱਥੇ ਹੁਣ ਸਾਡੇ ਕੋਲ ਸੁਣਨ ਵਾਲਿਆਂ ਨੂੰ ਜਨਾਬ ਕੋਈ ਸੁਣਾਓ ਆਪਣੀ ਮਰਜ਼ੀ ਨਾਲ ਕੋਈ ਵੀ ਚੀਜ਼ ਅਗਰ ਤੁਸੀਂ ਅਸਥਾਈ ਅੰਤਰਾ ਮੈਂ ਆਪਣਾ ਇੱਕ ਗੀਤ ਮੇਰੀ ਸੀਡੀ ਰਿਲੀਜ਼ ਹੋਈ ਹੈ ਠੀਕ ਹੈ ਮੈਂ ਉਹ ਇੱਕ ਗੀਤ ਆਪਣਾ ਸੁਣਾ ਰਿਹਾ ਠੀਕ ਹੈ ਖਾਨ ਸਾਹਿਬ ਦਾ ਮੈਂ ਥੋੜਾ ਜਿਹਾ ਟੱਚ ਵੀ ਦੇਣਾ ਚਾਹੁੰਦਾ ਤਾਂ ਕਿ ਸੁਣਨ ਵਾਲਿਆਂ ਨੂੰ ਜੀ ਜੀ ਜ਼ਰੂਰ ਪਤਾ ਵੀ ਲੱਗੇ ਜ਼ਰੂਰ ਜ਼ਰੂਰ ਕੁਝ ਨਹੀਂ ਬਚਦਾ ਕਸਮ ਖੁਦਾ ਦੀ ਜਦੋਂ ਵਾਖ ਜਿਰਾਂ ਦੀ ਵਗੇ ਵਾਜੀਗਾ ਕਿਸ ਨੂੰ ਦੱਸੀਏ ਦਿਲ ਦਾ ਰੋਣਾ ਮੇਰੇ ਸੁਖ ਗਏ ਅੱਜ ਠੱਗੇ ਸੱਪ ਪਾਣੀ ਵਿੱਚ ਤਰ ਜਾਂਦਾ ਤੇ ਇਸ਼ਕ ਦੀ ਸੱਤ ਖਾ ਕੇ ਬੰਦਾ ਜਿਉਂ ਮਰ ਜਾਂਦਾ ਸਾਡੇ ਪਾਕਿਸਤਾਨ ਚ ਮੇਰਾ ਇੱਕ ਮਸ਼ਹੂਰ ਗੀਤ ਹੈ ਉਹ ਪੇਸ਼ ਕਰ ਰਿਹਾ ਜ਼ਰੂਰ ਜ਼ਰੂਰ ਜੀ ਪਾਣੀ ਤੇ ਤਸਵੀਰ ਬਣਾਉਣੀ ਪੈ ਗਈ ਪਾਣੀ ਤੇ ਤਸਵੀਰ ਬਣਾਉਣੀ ਪੈ ਗਈ
ਬੇਕਦਰਾਂ ਨਾਲ ਤੋੜਨੇ ਬਾਣੀ ਪੈ ਗਈ ਏ ਬੇਕਦਰਾਂ ਨਾਲ ਤੋੜਨੇ ਬਾਣੀ ਪੈ ਗਈ ਏ ਪਾਣੀ ਤੇ ਤਸਵੀਰ ਬਣਾਉਣੀ ਪੈ ਗਈ ਏ ਬੇਕਦਰਾਂ ਨਾਲ ਤੋੜਨੇ ਬਾਣੀ ਪੈ ਗਈ ਏ ਬੇਕਦਰਾਂ ਨਾਲ ਤੋੜਨੀ ਬਾਣੀ ਪੈ ਗਈ ਮੈਂ ਤੇ ਲੈਣ ਗਿਆ ਸਾਂ ਫੁੱਲ ਗੁਲਾਬਾਂ ਦੇ 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 ਮੇਰੇ ਪਿੱਛੇ ਰਾਤ ਦੀ ਰਾਣੀ ਪੈ ਗਈ ਬੇਕਦਰਾਂ ਨਾਲ ਤੋੜਨੀ ਬਾਣੀ ਪੈ ਗਈ ਬੇਕਦਰਾਂ ਨਾਲ ਤੋੜਨੀ ਬਾਣੀ ਪੈ ਗਈ ਸਰ ਜੀ ਡੈਨਮਾਰਕ ਦੇ ਜਿੰਨੇ ਵੀ ਦੋਸਤ ਜਿੰਨੇ ਵੀ ਲੋਕ ਪਾਕਿਸਤਾਨੀ ਸੁਣਦੇ ਨੇ ਲਾਈਫ ਉਹਨਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ ਪਾਕਿਸਤਾਨ ਦੀ ਤਰਫੋਂ ਤੇ ਮੇਰੇ ਭਾਈ ਨੇ ਜਿਨ੍ਹਾਂ ਨੇ ਗੀਤ ਲਿਖਿਆ ਉਹਨਾਂ ਨਾਲ ਗੱਲ ਕਰ ਠੀਕ ਹੈ ਜਾਨ ਅਲੀ ਖਾਨ ਗੁਜਰਾਤੀ ਠੀਕ ਹੈ ਜੀ ਦਿਓਨੇ ਅਸਲਾਮ ਅਲੈਕੁਮ ਹਾਂ ਜੀ ਵਾਲੇਕੁਮ ਸਲਾਮ ਜੀ ਹਾਂ ਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਜੀ ਠੀਕ ਠਾਕ ਸਰ ਅੱਛਾ ਇਹ ਜਨਾਬ ਬਹੁਤ ਅੱਛੀ ਸ਼ਾਇਰੀ ਹੈ ਇਹ ਤੇ ਜ਼ਾਹਿਰ ਹੈ ਉਹ ਜਿਸ ਵਕਤ ਬੰਦਾ ਸੁਣਦਾ ਤੇ ਉਹ ਪਤਾ ਲੱਗ ਜਾਂਦਾ ਕਿ ਵਾਕਈ ਕੋਈ ਇਹ ਕਿਤੇ ਅੱਛੇ ਹੱਥਾਂ ਨਾਲ ਇਹ ਤਹਿਰੀਰ ਲਿਖੀ ਗਈ ਹੈ ਤੇ ਅੱਲਾਹ ਤਾਲਾ ਤੁਹਾਨੂੰ ਜਨਾਬ ਇਹਦੇ ਵਿੱਚ ਤਰੱਕੀ ਵੀ ਦੇ ਤੇ ਮਜ਼ੀਦ ਇਹਦੇ ਵਿੱਚ ਜਨਾਬ ਤੁਹਾਨੂੰ ਅੱਛੇ ਤੋਂ ਅੱਛਾ ਲਿਖਣ ਦੀ ਅੱਲਾਹ ਤਾਲਾ ਤੋਫੀਕ ਵੀ ਦੇ ਜੀ ਜੀ ਤੇ ਬੜਾ ਬੜਾ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਮੁਰਾਤਬ ਅਲੀ ਸਾਹਿਬ ਦਾ ਵੀ ਤੇ ਇਨਸ਼ਾਅੱਲਾ ਚਲੋ ਮੌਸੀਕੀ ਦੇ ਹਵਾਲੇ ਨਾਲ ਵੀ ਰਾਬਤਾ ਚਲੋ ਰਹੇਗਾ ਮੈਂ ਚਲੋ ਰਾਬਤਾ ਲੈ ਲਵਾਂਗਾ ਇਹਨਾਂ ਕੋਲੋਂ ਤੇ ਬਹੁਤ ਬਹੁਤ ਸ਼ੁਕਰੀਆ ਮੁਰਾਤਬ ਅਲੀ ਸਾਹਿਬ ਤੁਹਾਡਾ ਵੀ ਕਿ ਟਾਈਮ ਤੁਸੀਂ ਦਿੱਤਾ ਤੇ ਅੱਲਾਹ ਖੁਸ਼ ਰੱਖੇ ਤੁਹਾਨੂੰ ਇਨਸ਼ਾਅੱਲਾ ਤਾਲਾ ਫਿਰ ਚਲੋ ਗੱਲ ਹੋਵੇਗੀ ਜੀ ਅੱਲਾਹ ਹਾਫਿਜ਼ ਜੀ ਅੱਲਾਹ ਹਾਫਿਜ਼ ਜੀ ਮਦਰ ਸਾਹਿਬ ਨੇ ਸਨ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਪਾਕਿਸਤਾਨ ਤੋਂ ਮੁਰਾਤਬ ਅਲੀ ਸਾਹਿਬ ਅਤੇ ਉਹਨਾਂ ਦੇ ਸ਼ਾਗਿਰਦ ਨਾਸਰ ਅਲੀ ਖਾਨ ਸਾਹਿਬ ਔਰ ਇਹਦੇ ਨਾਲ ਜਿਨ੍ਹਾਂ ਨੇ ਇਹ ਲਿਖਾਰੀ ਵੀ ਨੇ ਪੰਜਾਬੀ ਜ਼ਬਾਨ ਦੇ ਜਾਨ ਅਲੀ ਸਾਹਿਬ ਅਤੇ ਮੁਰਾਤਬ ਅਲੀ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਗਾਉਣ ਦੇ ਹਵਾਲੇ ਨਾਲ ਖਸੂਸਨ ਪੰਜਾਬੀ ਜ਼ਬਾਨ 'ਚ ਵੀ ਸਰਾਇਕੀ 'ਚ ਵੀ ਬਹੁਤ ਸਾਰੀਆਂ ਜ਼ਬਾਨਾਂ 'ਚ ਉਹਨਾਂ ਨੇ ਜਿਸ ਤਰ੍ਹਾਂ ਗਾਇਆ ਔਰ ਖਸੂਸਨ ਮਰਸੀਆ ਕਸੀਦਾ ਅਤੇ ਦੋੜੇ ਵਗੈਰਾ ਗਾਉਣ ਦੇ ਵਿੱਚ ਪੜ੍ਹਨ ਵਿੱਚ ਵੀ ਉਹਨਾਂ ਦਾ ਬਹੁਤ ਹੀ ਵੱਡਾ ਨਾਂ ਹੈ ਔਰ ਆਪਣੀ ਆਵਾਜ਼ ਦੀ ਵਜ੍ਹਾ ਤੋਂ ਉਹ ਲੋਕਾਂ ਦੇ ਦਿਲਾਂ 'ਤੇ ਹੁਕਮਰਾਨੀ ਵੀ ਕਰਦੇ ਨੇ ਪਾਕਿਸਤਾਨ ਵੀ ਔਰ ਪਾਕਿਸਤਾਨ ਤੋਂ ਬਾਹਰ ਵੀ ਅਤੇ ਪ੍ਰੋਗਰਾਮ ਦਾ ਸਿਲਸਿਲਾ ਜਾਰੀ ਹੈ ਅਤੇ ਰੇਡੀਓ ਪਾਕਲਿੰਗ ਦੇ ਪ੍ਰੋਗਰਾਮ ਦੇ ਨਾਲ ਜ਼ਫਰ ਸ਼ੇਖ ਤੁਹਾਡੀ ਖਿਦਮਤ ਵਿੱਚ ਹਾਜ਼ਰ